ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਲੜੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਵੱਲੋਂ ਵਿਰੋਧੀ ਧਿਰ ਦੇ ਨੇਤਾ HS ਫੂਲਕਾ ਦੀ ਅਗਵਾਈ ਵਿੱਚ ਚੰਡੀਗੜ੍ਹ 'ਚ ਬੈਠਕ ਕੀਤੀ ਗਈ। ਇਸ ਮੌਕੇ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਕਰਜ਼ਾ ਮੁਕਤੀ ਵਰਗੇ ਅਹਿਮ ਵਾਅਦਿਆਂ ਤੋਂ ਭੱਜ ਰਹੀ ਹੈ, ਜਿਸ ਸੰਬੰਧੀ ਉਹ ਸਰਕਾਰ ਨੂੰ ਜਵਾਬਦੇਹ ਬਣਾਉਣਗੇ। ਇਸ ਮੌਕੇ 'ਤੇ ਉਹਨਾਂ ਸੰਜੇ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਅਤੇ ਇਹ ਵੀ ਆਖਿਆ ਕਿ ਸੰਜੇ ਸਿੰਘ ਵੱਲੋਂ ਨੈਤਿਕ ਆਧਾਰ ਤੇ ਹੀ ਅਸਤੀਫਾ ਦੇਣਾ ਸ਼ਲਾਘਾਯੋਗ ਹੈ। ਅਸੀਂ ਅੱਜ ਅਗਲੇ ਵਿਧਾਨ ਸਭਾ ਦੇ ਸੈਸ਼ਨ ਦੀ ਪਲੈਨ ਬਣਾਈ ਕਿ ਉੱਥੇ ਕਿਸ ਤਰ੍ਹਾਂ ਅਸੀਂ ਜੋ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਕਿਉਂਕਿ ਇੱਕ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ। ਕਿਸਾਨਾਂ ਦੇ ਕਰਜ਼ੇ ਵਾਲਾ ਹਾਲ, ਉਹ ਤਾਂ ਕਿਸਾਨਾਂ ਨੇ ਇੰਸਟਾਲਮੈਂਟਾਂ ਦੇਣੀਆਂ ਬੰਦ ਕਰਤੀਆਂ, ਉਹਨਾਂ ਨੂੰ ਪੀਨਲ ਇੰਟਰਸਟ ਲੱਗਣੇ ਸ਼ੁਰੂ ਹੋ ਗਏ ਅਤੇ ਉਹਨਾਂ ਨੇ ਇਹ ਬਿਲਕੁਲ ਆਪਣਾ ਕੋਈ ਵਾਅਦਾ ਨਹੀਂ ਪੂਰਾ ਕੀਤਾ। ਜੋ ਬੇਰੁਜ਼ਗਾਰ ਭੱਤਾ ਕਹਿੰਦੇ ਸੀ, ਉਹ ਭੱਤਾ ਵੀ ਇਹਨਾਂ ਨੇ ਕੋਈ ਨਹੀਂ ਦਿੱਤਾ। ਬੁਢਾਪਾ ਪੈਨਸ਼ਨ ਜੋ ਵਧਾਉਣ ਨੂੰ ਕਿਹਾ ਸੀ, ਉਹ ਬੁਢਾਪਾ ਪੈਨਸ਼ਨ ਵੀ ਨਹੀਂ ਦਿੱਤੀ ਅਤੇ ਬਾਕੀ ਵੀ ਹੋਰ ਸਾਰੇ ਮੁੱਦਿਆਂ 'ਤੇ ਗੱਲ ਹੋਈ ਅਤੇ ਉਸ ਉਹਨਾਂ ਨੂੰ ਹੁਣ ਅਸੀਂ ਵਿੱਚ ਅਗਲੇ ਸੈਸ਼ਨ ਵਿੱਚ ਕਿਵੇਂ ਟੇਕਅਪ ਕਰਾਂਗੇ ਉਹਦੇ ਬਾਰੇ। ਦੂਜਾ ਜਿਹੜਾ ਪੰਜਾਬ ਯਾਤਰਾ ਜੋ ਕਿ 1 ਤਰੀਕ ਤੋਂ ਸੋਮਵਾਰ ਤੋਂ ਸ਼ੁਰੂ ਹੋ ਰਹੀ ਆ, ਉਹਦੇ ਬਾਰੇ ਡਿਸਕਸ਼ਨ ਸਾਰੀ ਹੋਈ, ਉਹਦੇ ਬਾਰੇ ਪਲੈਨ ਹੋਈ ਕਿ ਉਹ ਅਸੀਂ ਕਿਵੇਂ ਉਹਨੂੰ ਲੈ ਕੇ ਜਾਣਾ ਤਾਂ ਕਿ ਪੰਜਾਬ ਦੇ ਜਿਹੜੇ ਹਰ ਵਰਗ ਦੇ ਨਾਲ ਜੁੜੇ ਹੋਏ ਮੁੱਦੇ ਆ ਅਤੇ ਜੋ ਜੋ ਸ਼ਿਕਾਇਤਾਂ ਨੇ ਹਰ ਵਰਗ ਦੀਆਂ ਸਰਕਾਰ ਦੇ ਖਿਲਾਫ਼, ਉਹਨਾਂ ਨੂੰ ਅਸੀਂ ਲਿਆ ਕੇ ਵਿਧਾਨ ਸਭਾ 'ਚ ਵੀ ਚੁੱਕੀਏ, ਨਾਲੇ ਲਿਆ ਕੇ ਅਸੀਂ ਉਹਨਾਂ ਨੂੰ ਸਰਕਾਰ ਦੇ ਨਾਲ